ਦਾਤਾ ਭਲਾ ਕਰੇ। ਅੱਜ ਇੱਕ ਸਵਾਲ ਆਇਆ ਹੈ ਕਿ ਬਾਣੀ ਬਾਜੀ ਚੌਹ ਯੁੱਗ, ਇਹੋ ਜਿਹੀ ਕਿਹੜੀ ਬਾਣੀ ਹੈ, ਇਹੋ ਜਿਹੀ ਕਿਹੜੀ ਆਵਾਜ਼ ਹੈ ਜਿਹੜੀ ਚਾਰਾਂ ਯੁੱਗਾਂ ਦੇ ਵਿੱਚ ਸੁਣਾਈ ਦਿੱਤੀ ਹੈ। ਪਹਿਲਾਂ ਇੱਕ ਮੈਂ ਆਪ ਜੀ ਦੇ ਨਾਲ ਸਵਾਲ ਸਾਂਝਾ ਕਰੂੰਗਾ, ਸ਼ਬਦ ਕੀ ਹੈ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੋਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਉਹ ਕਿਹੜਾ ਸ਼ਬਦ ਹੈ ਜਿਹੜਾ ਸਾਡੇ ਪ੍ਰਾਣਾਂ ਦੇ ਵਿੱਚ ਵੱਸ ਜਾਵੇ ਤਾਂ ਇਹ ਜੀਵ ਜਨਮ ਮਰਨ ਤੋਂ ਰਹਿਤ ਹੋ ਜਾਂਦਾ। ਇਸੇ ਦੇ ਨਾਲ ਮਿਲਦਾ ਜੁਲਦਾ ਇੱਕ ਹੋਰ ਸ਼ਬਦ ਹੈ ਕਿ ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦੇ ਸ਼ਬਦ ਭਇਆ ਪ੍ਰਕਾਸ਼। ਉਹ ਕਿਹੋ ਜਿਹੀ ਆਵਾਜ਼ ਹੈ, ਉਹ ਕਿਹੋ ਜਿਹਾ ਸ਼ਬਦ ਹੈ ਜਿਸ ਦੇ ਨਾਲ ਧਰਤੀ ਪੈਦਾ ਹੋਈ, ਜਿਸ ਦੇ ਨਾਲ ਆਕਾਸ਼ ਪੈਦਾ ਹੋਇਆ, ਜਿਸ ਸ਼ਬਦ ਦੇ ਨਾਲ ਸ਼ਬਦ ਪੈਦਾ ਹੋਇਆ, ਔਰ ਜਿਸ ਸ਼ਬਦ ਦੇ ਨਾਲ ਇਹ ਪ੍ਰਕਾਸ਼ ਪੈਦਾ ਹੋਇਆ। ਜੇ ਅਸੀਂ ਇਹ ਮੰਨੀਏ ਕਿ ਪਰਮਾਤਮਾ ਹੈ ਤਾਂ ਉਹ ਕੀ ਹੀ ਹੈ, ਕਿਹੋ ਜਿਹਾ ਹੈ? ਕਿਉਂਕਿ ਬਾਣੀ ਕਹਿੰਦੇ ਹਨ, ਰੂਪ ਨ ਰੰਗ ਨ ਰੇਖ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਵੇ ਨਾਨਕਾ ਜਿਸ ਹੋਵੇ ਸੁ ਪ੍ਰਸੰਨ। ਦੇਖੋ ਇੱਥੇ ਵੀ ਨਾਲ ਕੁੰਡੀ ਹੈ, ਉਸ ਨੂੰ ਹੀ ਸਮਝਾਉਂਦਾ ਪਰਮਾਤਮਾ ਜਿਹਦੇ 'ਤੇ ਉਹ ਪ੍ਰਸੰਨ ਹੁੰਦਾ। ਹੁਣ ਪਰਮਾਤਮਾ ਨੂੰ ਪ੍ਰਸੰਨ ਕਿਵੇਂ ਕੀਤਾ ਜਾਵੇ? ਪਰਮਾਤਮਾ ਨੂੰ ਪ੍ਰਸੰਨ ਕਰਨਾ, ਉਹਦੇ ਵਿੱਚ ਜੇ ਆਪਾਂ ਇਸ ਤੋਂ ਥੋੜ੍ਹਾ ਜਿਹਾ ਅਲੱਗ ਹੋ ਕੇ ਵਿਚਾਰ ਕਰੀਏ ਕਿ ਚਾਰ ਪਦਾਰਥ ਜੇ ਕੋ ਮੰਗੈ ਸਭ ਜਣਾ ਕੀ ਸੇਵਾ ਲੱਗੈ। ਹੁਣ ਸੰਤ ਮਹਾਂਪੁਰਸ਼ ਜਿਨ੍ਹਾਂ ਨੇ ਉਸ ਪਰਮਾਤਮਾ ਦੀ ਬੰਦਗੀ ਕੀਤੀ ਅਤੇ ਸੱਚ ਦੇ ਅੰਤ ਤੱਕ ਪਹੁੰਚੇ, ਉਸ ਨੂੰ ਸੰਤ ਕਿਹਾ ਗਿਆ। ਹੁਣ ਸੰਤਾਂ ਦੀ ਸੇਵਾ ਕਰਨ 'ਤੇ ਚਾਰ ਪਦਾਰਥ ਪੈਦਾ ਹੁੰਦੇ ਆ, ਪਾਏ ਜਾਂਦੇ ਆ, ਧਰਮ, ਅਰਥ, ਕਾਮ ਅਤੇ ਮੋਕਸ਼। ਧਰਮ ਦਾ ਮਤਲਬ ਇਹ ਆ ਵੀ ਚੰਗੇ ਨਿਯਮਾਂ 'ਤੇ ਚੱਲਣਾ, ਚੰਗੇ ਅਸੂਲਾਂ ਨੂੰ ਅਪਣਾਉਣਾ ਅਤੇ ਆਪਣੀ ਵਿਰਤੀ ਨੂੰ ਸਤਵਿਕ ਰੱਖਣਾ, ਇਹ ਧਰਮ 'ਤੇ ਚੱਲਣ ਦੀਆਂ ਨਿਸ਼ਾਨੀਆਂ। ਦੂਸਰੇ ਨੰਬਰ 'ਤੇ ਆ ਗਿਆ ਅਰਥ। ਅਰਥ ਜਾਣੇ ਸਾਡੀ ਆਜੀਵਿਕਾ ਵਾਸਤੇ ਜੋ ਸਾਨੂੰ ਸਾਧਨ ਚਾਹੀਦੇ ਹਨ, ਆਮਦਨ ਚਾਹੀਦੀ ਹੈ ਨਾ, ਕਮਾਈ ਚਾਹੀਦੀ ਹੈ, ਉਹ ਹੈ ਅਰਥ। ਜਿਹੜਾ ਬੰਦਾ ਧਰਮੀ ਹੈ, ਜਿਹਨੇ ਮਾੜਾ ਸੋਚਣਾ ਨਹੀਂ, ਮਾੜਾ ਕਰਨਾ ਨਹੀਂ, ਉਹਦੀ ਜਿਹੜੀ ਕਮਾਈ ਹੋਊਗੀ ਉਹ ਕਮਾਈ ਵੀ ਨੇਕ ਹੋਊਗੀ। ਨੇਕ ਕਮਾਈ ਵਾਲੇ ਦੀਆਂ ਇੱਛਾਵਾਂ ਯਾਨੀ ਕਾਮਨਾ, ਜਿਹਨੂੰ ਕਾਮ ਕਿਹਾ, ਕਾਮਨਾ ਜੋ ਹੈ ਉਹਦੀਆਂ ਇੱਛਾਵਾਂ ਵੀ ਜਿਹੜੀਆਂ ਨਾ ਉਹ ਨੇਕ ਹੋਣਗੀਆਂ। ਜੇ ਇਸ ਨੂੰ ਦੂਜੇ ਪਾਸੇ ਵੀ ਜੋੜੀਏ ਅਤੇ ਨੇਕ ਵਰਤੀ ਵਾਲੇ ਦੀ, ਨੇਕ ਕਮਾਈ ਵਾਲੇ ਦੀ, ਨੇਕ ਘਰ ਦੇ ਵਿੱਚ ਭੋਜਨ ਬਣਨ ਵਾਲੇ ਦੀ ਜਿਹੜੀ ਕਾਮਕ ਇੱਛਾ ਹੈ ਉਹ ਵੀ ਸਾਤਵਿਕ ਹੋਊਗੀ, ਉਹਦੇ ਜਿਹੜਾ ਬੱਚਾ ਪੈਦਾ ਹੋਊਗਾ ਉਹ ਵੀ ਧਰਮੀ ਹੋਊ। ਜਿੱਥੇ ਸਾਰਾ ਕੁਛ ਹੀ ਠੀਕ ਹੈ, ਧਰਮ ਵੀ ਠੀਕ ਹੈ, ਅਰਥ ਵੀ ਠੀਕ ਹੈ, ਕਾਮਨਾ ਵੀ ਠੀਕ ਹੈ, ਅਤੇ ਉਹ ਬੰਦਾ ਤਾਂ ਆਪਣੇ ਆਪ ਹੀ ਮੁਕਤ ਆ, ਉਹ ਮੋਕਸ਼ ਦਾ ਅਧਿਕਾਰੀ
ਆਪਣੇ ਆਪ ਹੋ ਗਿਆ। ਇੱਥੇ ਫਿਰ ਉਹ ਮੂਲ ਸ਼ਬਦ ਆਉਂਦਾ ਹੈ ਕਿ ਸੰਤਾਂ ਨੇ ਉਹਨੂੰ ਕੀ ਦਿੱਤਾ, ਸੰਤਾਂ ਨੇ ਉਹਨੂੰ ਇੱਕ ਅਕਸ਼ਰੀ ਸ਼ਬਦ ਦਿੱਤਾ ਜਪਣ ਵਾਸਤੇ। ਅਕਸ਼ਰੀ ਸ਼ਬਦ ਉਸਨੇ ਜਪਿਆ। ਹੁਣ ਇੱਥੇ ਮੈਂ ਵਿਚਾਲੇ ਇੱਕ ਹੋਰ ਤੁੱਕ ਲੈਂਦਾ ਕਿ ਚਾਰ ਕਿਸਮ ਦੀਆਂ ਸੁਣਨਾਂ ਦੱਸੀਆਂ ਗਈਆਂ। ਸੁਣ ਸਮਾਧੀ ਜਿਹਨੂੰ ਕਹਿੰਦੇ ਆ, ਪਦ ਜਿਹਨੂੰ ਕਹਿੰਦੇ ਆ, ਪਦਵੀਆਂ ਜਿਹਨੂੰ ਦੱਸੀਆਂ ਗਈਆਂ। ਉਹ ਚਾਰ ਸੁਣਨਾਂ ਜਿਹੜੀਆਂ ਨਾ, ਉਹ ਹੈ ਬਾਹਰ ਸੁਣਨਮ, ਅੰਦਰ ਸੁਣਨਮ, ਤ੍ਰਿਭਵਨ ਸੁਣਨਮ, ਚੌਥੇ ਸੁਣ ਮੈਂ ਪਾਪ ਨਾ ਪੁੰਨਮ। ਪਹਿਲਾ ਸੁਣ, ਜਦੋਂ ਅਸੀਂ ਜਾਪ ਕਰਦੇ ਹਾਂ, ਅਸੀਂ ਬੋਲ ਕੇ ਜਾਪ ਕਰਦੇ ਹਾਂ, ਬੋਲਦੇ ਬੋਲਦੇ ਅਸੀਂ ਉਹਦੇ ਵਿੱਚ ਇੰਨਾ ਮਸਤ ਹੋ ਕੇ ਉਹਦੇ ਵਿੱਚ ਖੁੱਭ ਜਾਂਦੇ ਹਾਂ ਕਿ ਸਾਨੂੰ ਚਾਰ ਚੁਫੇਰੇ ਦੀ, ਆਪਦੇ ਆਪ ਦੀ, ਅੰਦਰ ਦੀ, ਬਾਹਰ ਦੀ ਕੋਈ ਸੋਝੀ ਨਹੀਂ ਰਹਿੰਦੀ। ਇਸ ਨੂੰ ਇਸ ਤਰ੍ਹਾਂ ਵੀ ਸਮਝੀਏ, ਕਈ ਵਾਰੀ ਅਸੀਂ ਪਾਠ ਕਰਦੇ ਹਾਂ, ਚਾਹੇ ਜਪਜੀ ਸਾਹਿਬ ਦਾ ਕਰ ਰਹੇ ਹਾਂ, ਚਾਹੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਹੇ ਹਾਂ, ਪਾਠ ਸ਼ੁਰੂ ਕੀਤਾ, ਉਸ ਤੋਂ ਬਾਅਦ ਸਾਡੀ ਨਜ਼ਰ ਤਾਂ ਗੁਟਕਾ ਸਾਹਿਬ 'ਤੇ ਹੈ, ਬਾਣੀ ਦਾ ਉਚਾਰਨ ਮੂੰਹੋਂ ਹੋ ਰਿਹਾ ਹੈ, ਲੇਕਿਨ ਸਾਡੀ ਨਜ਼ਰ ਉਹਨਾਂ ਅੱਖਰਾਂ ਨੂੰ ਦੇਖ ਨਹੀਂ ਰਹੀ। ਯਾਨੀ ਅਸੀਂ ਪਾਠ ਕੀਤਾ, ਉਦਣ ਪਾਠ ਹੋਇਆ, ਉਦਣ ਸਾਡੇ ਅੰਦਰ ਨੇ ਪਾਠ ਕੀਤਾ, ਸਾਡਾ ਸਾਰਾ ਜਿਹੜਾ ਨਾ ਉਹ ਵਿਚਾਰ ਉਹ ਸ਼ਾਂਤ ਹੋ ਗਏ, ਉਹ ਸੁਣ ਹੋ ਗਏ। ਇਹ ਬਾਹਰੀ ਸੁਣਨਾ। ਜਦੋਂ ਅਸੀਂ ਜਾਪ ਕਰਦੇ ਹਾਂ ਤਾਂ ਜਾਪ ਦੇ ਨਾਲ ਸਾਡਾ ਜਿਹੜਾ ਮਨ ਹੈ ਨਾ, ਉਹ ਵਿਚਾਰਾਂ ਤੋਂ, ਵਿਕਾਰਾਂ ਤੋਂ ਰਹਿਤ ਹੋ ਜਾਂਦਾ, ਤਾਂ ਫਿਰ ਉਹ ਜਾਪ ਕਰਨ ਲੱਗਦਾ ਜਿਹਨੂੰ ਦੂਸਰੀ ਅਵਸਥਾ ਕਿਹਾ, ਅਜੱਪਾ ਜਪ ਕਿਹਾ। ਜਿਸ ਵਕਤ ਅਜੱਪਾ ਜਪ ਹੁੰਦਾ, ਉਸ ਵਕਤ ਸਾਡੇ ਅੰਦਰ ਕੋਈ ਵਿਚਾਰ ਨਹੀਂ ਉੱਠਦਾ, ਇਹ ਵੀ ਇੱਕ ਸੁਣਨ ਦੀ ਅਵਸਥਾ ਹੈ। ਉਸ ਤੋਂ ਬਾਅਦ ਤ੍ਰਿਭਵਨ ਸੁਣਨਮ, ਤੀਨ ਭਵਨ ਮੈਂ ਜੋਗੀ ਬੈਠਾ। ਹੁਣ ਤ੍ਰਿਭਵਨ ਕੀ ਹੋਇਆ? ਇਹ ਜਿਹੜੀ ਸਾਡੀ ਨਾਦ ਦੀ ਅਵਸਥਾ ਹੈ ਨਾ, ਸ਼ਬਦ ਦੀ ਅਵਸਥਾ, ਜਿਹਨੂੰ ਸ਼ਬਦ, ਨਾਦ, ਧੁਨ, ਸਾਊਂਡ ਅਲੱਗ ਅਲੱਗ ਅੱਖਰਾਂ ਦੇ ਨਾਲ ਇੱਕ ਹੀ ਅਵਸਥਾ ਦਾ ਜ਼ਿਕਰ ਕੀਤਾ ਗਿਆ। ਹੁਣ ਤ੍ਰਿਭਵਨ ਕੀ ਹੈ? ਧਰਤੀ, ਆਕਾਸ਼ ਅਤੇ ਪਤਾਲ। ਲੇਕਿਨ ਸਾਡੇ ਸਰੀਰ ਦੇ ਨਾਲ ਇਹਨਾਂ ਦਾ ਕੀ ਮੇਲ? ਸਾਡਾ ਜਿਹੜਾ ਸਿਰ ਹੈ ਉਹ ਆਕਾਸ਼ ਤੱਤਵ ਦੇ ਨਾਲ ਜੁੜਿਆ ਹੋਇਆ ਕਿ ਪਰਮਾਤਮਾ ਤੋਂ ਜਿਹੜੀ ਬਾਣੀ ਆ ਰਹੀ ਹੈ ਨਾ, ਉਹਨੂੰ ਸਾਡਾ ਸਿਰ ਜਿਹੜਾ ਨਾ ਉਹ ਪਹਿਲਾਂ ਉਹ ਜੀ ਆਇਆ ਕਹਿੰਦਾ। ਇਸ ਤੋਂ ਬਾਅਦ ਸਾਡਾ ਜਿਹੜਾ ਸਰੀਰ ਹੈ ਉਹ ਉਸ ਦੇ ਵਿੱਚ ਉਸ ਨੂੰ ਪ੍ਰਵੇਸ਼ ਮਿਲਦਾ, ਉਸ ਬਾਣੀ ਨੂੰ। ਕਈ ਵਾਰੀ ਸਾਧਨ ਕਰਦਿਆਂ, ਜਾਪ ਕਰਦਿਆਂ, ਧਿਆਨ ਦੇ ਵਿੱਚ ਬੈਠਿਆਂ, ਸਿਰ ਦੇ ਉੱਪਰੋਂ ਐਂ ਲੱਗਦਾ ਵੀ ਕੋਈ ਚੀਜ਼ ਆਈ ਹੈ ਅਤੇ ਚਰਨ ਕਰਕੇ ਸਾਡੇ ਸਾਰੇ ਸਰੀਰ ਦੇ ਵਿੱਚ ਉਹ ਸਮਾ ਗਈ। ਯਾਨੀ ਇਹ ਸਾਡਾ ਜਿਹੜਾ ਸਰੀਰ ਹੈ ਇਹ ਵੀ ਇੱਕ ਭਵਨ ਹੈ, ਸਿਰ ਵੀ ਇੱਕ ਭਵਨ ਹੈ। ਉਸ ਤੋਂ ਬਾਅਦ ਜਦੋਂ ਕੁਛ ਵੀ ਨਹੀਂ ਰਿਹਾ, ਵਿਚਾਰ ਵੀ ਖਤਮ ਹੋ ਗਏ, ਤਾਂ ਫਿਰ ਆਪਾਂ ਕਹਿ ਦਿੰਦੇ ਨਾ ਵੀ ਇਹ ਤਾਂ ਭਾਈ ਬੰਦਾ ਜ਼ਮੀਨ 'ਚ ਹੀ ਗਰਕ ਗਿਆ, ਇਹ ਜ਼ਮੀਨ 'ਚ ਹੀ ਖੁੱਭ ਗਿਆ, ਇਹ ਤਾਂ ਪਤਾ ਨਹੀਂ ਕਿੱਥੇ ਹੀ ਗੁੰਮ-ਸੁੰਮ ਹੋਇਆ ਰਹਿੰਦਾ। ਯਾਨੀ ਇਹ ਸਾਡੇ ਤਿੰਨੇ ਜਿਹੜੇ ਭਵਨ ਹੈ ਉਹ ਸਾਡੇ ਸਰੀਰ ਦੇ ਨਾਲ ਵੀ ਜੁੜੇ ਹੋਏ ਆ, ਪਰ ਮੂਲ ਰੂਪ ਦੇ ਵਿੱਚ ਇਹ ਧਰਤੀ, ਆਕਾਸ਼ ਅਤੇ ਪਤਾਲ ਹੈ। ਹੁਣ ਚੌਥਾ ਜਿਹੜਾ ਸੁਣ ਕਿਹਾ,
ਚੌਥੇ ਸੁਨ ਦੇ ਵਿੱਚ ਇਹਨਾਂ ਪਾਪ ਨਾ ਪਾਉਣਾ। ਹੁਣ ਇਸ ਨੂੰ ਸਮਝਣ ਵਾਸਤੇ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ ਵੀ ਜਾਪ ਮਰੇ ਅਜਪਾ ਮਰੇ ਅਨਹਦ ਵੀ ਮਰ ਜਾਏ ਸੁਰਤ ਸਮਾਨੀ ਸ਼ਬਦ ਮੈਂ ਵਾਕੋ ਕਾਲ ਨਾ ਖਾਏ। ਜਾਪ ਮਰੇ, ਜਾਪ ਸਾਡਾ ਖਤਮ ਹੋ ਗਿਆ, ਯਾਨੀ ਪਹਿਲਾ ਸੁਨ ਜਾਪ ਵੀ ਮਰ ਗਿਆ, ਉਦੋਂ ਅਜਪਾ ਸ਼ੁਰੂ ਹੋ ਗਿਆ, ਫਿਰ ਅਜਪਾ ਵੀ ਮਰ ਗਿਆ ਦੂਸਰੀ ਸੁਨ, ਤੀਸਰਾ ਅਜਪਾ ਖਤਮ ਹੋਇਆ ਅਤੇ ਨਾਦ ਸਾਨੂੰ ਸੁਣਾਈ ਦੇਣ ਲੱਗ ਪਿਆ। ਔਰ ਅਸੀਂ ਨਾਦ ਦੇ ਨਾਲ ਜੁੜ ਗਏ, ਮਨ ਜੀਰੋ ਹੋ ਗਿਆ, ਸੁਰਤ ਜਿਹੜੀ ਸੀ ਉਹ ਨਾਦ ਦੇ ਨਾਲ ਜੁੜ ਗਈ। ਇੱਥੇ ਬਸ ਨਹੀਂ, ਫਿਰ ਇੱਕ ਅਵਸਥਾ ਐਸੀ ਬਣਦੀ ਹੈ ਕਿ ਜਿਹੜੀ ਸਾਡੀ ਸੁਰਤ ਹੈ ਉਹ ਨਾਦ ਦੇ ਵਿੱਚ ਸਮਾ ਜਾਂਦੀ ਹੈ, ਯਾਨੀ ਸ਼ਬਦ ਦੇ ਵਿੱਚ ਸਮਾ ਜਾਂਦੀ ਹੈ। ਉੱਥੇ ਫਿਰ ਨਾ ਸਮਾਂ, ਨਾ ਸਥਾਨ, ਨਾ ਸਰੀਰ, ਨਾ ਪ੍ਰਕਾਸ਼, ਨਾ ਧੁਨ, ਬਿਲਕੁਲ ਕੁਛ ਨਹੀਂ, ਪਰਮ ਸ਼ਾਂਤੀ, ਕੰਪਲੀਟ ਸਾਇਲੈਂਸ। ਯਾਨੀ ਇਸ ਦੇ ਵਿੱਚ ਟਿਕੇ ਹੋਏ ਪਰਮ ਯੋਗੀ ਨੂੰ ਦਸਵੇਂ ਦੁਆਰੇ ਦੀ ਪਹੁੰਚ ਤੱਕ ਪਹੁੰਚਿਆ ਹੋਇਆ ਮੰਨਿਆ ਗਿਆ, ਕਿਉਂਕਿ ਦਸਵੇਂ ਦੁਆਰ ਨੂੰ ਇਹ ਕਿਹਾ ਗਿਆ ਕਿ ਸੁਨ ਮਹਾਸੁਨ ਕਹਿਲਾਇਆ, ਇਸੇ ਨੂੰ ਚੌਥਾ ਪਦ ਕਹਿੰਦੇ ਆ, ਇਸੇ ਨੂੰ ਮਹਾਸੁਨ ਕਹਿੰਦੇ ਆ, ਇਸੇ ਨੂੰ ਨਿਰਭੈ ਪਦ ਕਹਿੰਦੇ ਆ। ਇਹਦੇ ਵਿੱਚ ਬਹੁਤ ਉੱਚੀ ਅਵਸਥਾ ਨੂੰ ਪ੍ਰਾਪਤ ਕੀਤਾ ਹੋਇਆ ਸੰਤ ਮਹਾਂਪੁਰਸ਼ ਟਿਕ ਸਕਦਾ ਹੈ ਆਪਣੀ ਇੱਛਾ ਦੇ ਨਾਲ। ਇੱਥੇ ਚੇਤਨ ਤਾਂ ਅੰਦਰ ਹੈਗੀ ਹੈ, ਲੇਕਿਨ ਬਾਹਰੀ ਤੌਰ 'ਤੇ ਇਹ ਜੀਵ ਜਿਹੜਾ ਨਾ ਉਹ ਅਡੋਲ ਹੈ। ਚੇਤਨਾ ਹੈ, ਲੇਕਿਨ ਚੇਤਨਾ ਵੀ ਉਹਦੇ ਵਿੱਚ ਸ਼ਾਮਿਲ ਹੋਈ ਹੋਈ ਹੈ। ਔਰ ਜਦੋਂ ਉਸ ਜੀਵ ਦਾ, ਸਿੱਧ ਪੁਰਸ਼ ਦਾ ਮਨ ਹੁੰਦਾ ਤਾਂ ਉਹ ਥੱਲੇ ਉਤਰ ਆਉਂਦਾ। ਜਿੰਨਾ ਚਿਰ ਉਸ ਅਵਸਥਾ ਦੇ ਵਿੱਚ, ਉਸ ਸੁਣ ਦੇ ਵਿੱਚ ਇਹ ਸਿੱਧ ਪੁਰਸ਼, ਪਰਮ ਸੰਤ ਕਹੋ, ਯੋਗੀ ਕਹੋ, ਮਹਾਂਯੋਗੀ ਕਹੋ, ਉਸ ਦੇ ਵਿੱਚ ਉਹ ਸਮਾਇਆ ਰਹਿੰਦਾ ਤਾਂ ਉਸ ਦੀ ਟਾਈਮ ਜਿਹੜੀ ਲਿਮਿਟ ਹੈ ਨਾ ਉਹ ਨਹੀਂ ਰਹਿੰਦੀ, ਯਾਨੀ ਕਾਲ ਉਸ ਦੀ ਉਸ ਪੀਰੀਅਡ ਨੂੰ ਕਾਊਂਟ ਨਹੀਂ ਕਰਦਾ। ਤੁਸੀਂ ਸੁਣਿਆ ਵੀ ਗੁਰੂ ਨਾਨਕ ਸਾਹਿਬ ਜੀ ਜਦੋਂ ਗਏ ਯੋਗੀਆਂ ਕੋਲ ਤਾਂ ਯੋਗੀਆਂ ਦੀ ਉਮਰ ਹਜ਼ਾਰਾਂ ਸਾਲ ਸੀ। ਯੋਗੀ ਉਸ ਅਵਸਥਾ ਦੇ ਵਿੱਚ ਸਥਿਰ ਹੋਣਾ ਦੀ ਅਵਸਥਾ ਨੂੰ ਪ੍ਰਾਪਤ ਕਰ ਚੁੱਕੇ ਸੀ, ਉਹ ਉਮਰ ਦੇ ਗਿਣਤੀ ਦੇ ਵਿੱਚ ਨਹੀਂ ਆਉਂਦਾ ਸੀ। ਇਸ ਕਰਕੇ ਇਹ ਹੁਣ ਜੋ ਮੂਲ ਸਾਡਾ ਸ਼ਬਦ ਹੈ ਕਿ ਇਹ ਜਿਹੜੀ ਧੁਨ ਹੈ ਜਾਂ ਇਹ ਜਿਹੜੀ ਨਾਦ ਹੈ, ਇਹ ਜਿਹੜੀ ਬਾਣੀ ਹੈ, ਇਹ ਪੈਦਾ ਕਿੱਥੋਂ ਹੋਈ? ਜਿਸ ਵਕਤ ਪਰਮਾਤਮਾ ਸੁਣ ਦੇ ਵਿੱਚ ਸੀ ਵੀ ਅਰਬਦ ਨਰਬਦ ਧੁੰਦੂਕਾਰਾ, ਪਤਾ ਨਹੀਂ ਕਿੰਨੇ ਸਮੇਂ ਤੋਂ ਧੁੰਦ ਸੀ ਅਤੇ ਉਹਦੇ ਵਿੱਚ ਆਖਰੀ ਲਾਈਨ ਦੇ ਵਿੱਚ ਆਉਂਦਾ ਕਿ ਤਹਿ ਸੁਣ ਸਮਾਧ ਸਮਾਈ ਦਾ, ਤਹਿ ਸੁਣ ਸਮਾਧ ਰਹਾਈ ਦਾ। ਉੱਥੇ ਪਰਮਾਤਮਾ ਸੁਣ ਸਮਾਧੀ ਦੇ ਵਿੱਚ ਸਥਿਰ ਸੀਗਾ ਤਾਂ ਉਦੋਂ ਇੱਕ ਆਵਾਜ਼ ਪੈਦਾ ਹੋਈ। ਜਿਹੜੀ ਉਹ ਆਵਾਜ਼ ਪੈਦਾ ਹੋਈ, ਉਸ ਆਵਾਜ਼ ਦੇ ਨਾਲ ਇਸ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ। ਉਸ ਆਵਾਜ਼ ਨੂੰ ਸ਼ਬਦ ਕਿਹਾ, ਜਿਵੇਂ ਮੈਂ ਪਹਿਲਾਂ ਸੁਣਾਇਆ ਸੀ ਵੀ ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦੇ ਸ਼ਬਦ ਹੋਇਆ ਪ੍ਰਕਾਸ਼। ਇਹ ਸਾਰਾ ਕੁਛ ਜਿਹੜਾ ਨਾ ਉਸ
ਨਾਦ ਦੇ ਨਾਲ ਉਸ ਸ਼ਬਦ ਦੇ ਨਾਲ ਹੀ ਇਹ ਪੈਦਾ ਹੋਇਆ। ਸਤਯੁਗ ਦੇ ਵਿੱਚ, ਤ੍ਰੇਤਾ ਦੇ ਵਿੱਚ ਰਿਸ਼ੀ ਹੋਏ, ਉਹਨਾਂ ਦੀ ਇੰਨੀ ਇੰਨੀ ਪਾਵਰ ਸੀ ਕਿ ਉਹ ਦੇਵ ਲੋਕ ਤੱਕ ਵੀ ਜਿਹੜੇ ਆ ਨਾ ਇਸ ਸਰੀਰ ਸਮੇਤ ਜਾ ਸਕਦੇ ਸੀ, ਕਿਉਂਕਿ ਉਹ ਆਪਣੇ ਆਪ ਨੂੰ ਉਸ ਸ਼ਬਦ ਉਸ ਨਾਦ ਦੇ ਵਿੱਚ ਲੀਨ ਕਰ ਲੈਂਦੇ ਸੀ ਤਾਂ ਆਪਣੇ ਵਜੂਦ ਨੂੰ ਬਿਲਕੁਲ ਜ਼ੀਰੋ ਕਰਕੇ ਹਲਕਾ ਹੋ ਗਿਆ ਤਾਂ ਉਹ ਜਿੱਥੇ ਮਰਜ਼ੀ ਜਾ ਸਕਦੇ ਸੀ। ਚਲੋ ਦੇਵਤਿਆਂ ਦੀ ਰਿਸ਼ੀਆਂ ਦੀ ਤਾਂ ਗੱਲ ਆਪਾਂ ਛੱਡਦੇ ਹਾਂ, ਆਪਾਂ ਇਹ ਤਾਂ ਜਨਮ ਸਾਖੀ ਦੇ ਵਿੱਚ ਹੁਣ ਤੱਕ ਸੁਣਦੇ ਆਏ ਹਨ ਕਿ ਜਿਸ ਵਕਤ ਬੇਬੇ ਨਾਨਕੀ ਜੀ ਪ੍ਰਸ਼ਾਦੇ ਪਕਾਉਂਦੇ ਪਕਾਉਂਦੇ ਗੁਰੂ ਨਾਨਕ ਨੂੰ ਯਾਦ ਕਰਦੇ ਸੀ ਕਿ ਵੀ ਆਹ ਪ੍ਰਸ਼ਾਦਾ ਤਾਂ ਮੇਰੇ ਵੀਰ ਦੇ ਖਾਣ ਵਾਲਾ ਹੈ, ਅਤੇ ਗੁਰੂ ਨਾਨਕ ਸਾਹਿਬ ਜਿੱਥੇ ਵੀ ਹੁੰਦੇ ਸੀ ਅਤੇ ਉੱਥੇ ਉਹ ਭਾਈ ਬਾਲਾ ਅਤੇ ਮਰਦਾਨਾ ਨੂੰ ਕਹਿੰਦੇ ਸੀ ਵੀ ਬੇਬੇ ਯਾਦ ਕਰਦੀ ਹੈ, ਮੀਚੋ ਅੱਖਾਂ, ਅੱਖਾਂ ਮੀਚੀਆਂ ਅਤੇ ਪਹੁੰਚ ਕੇ ਬੇਬੇ ਦੇ ਸਾਹਮਣੇ ਬੇਬੇ ਨਾਨਕੀ ਨੂੰ, ਭੈਣ ਬੜੀ ਭੁੱਖ ਲੱਗੀ ਆ, ਆਹ ਅਸੀਂ ਕਥਾ ਦੇ ਵਿੱਚ ਸੁਣਦੇ ਹਾਂ। ਸੋ ਉਹ ਸ਼ਬਦ ਦੀ ਤਾਕਤ, ਉਸ ਨਾਦ ਦੀ ਤਾਕਤ, ਉਸ ਧੁਨ ਦੀ ਤਾਕਤ 'ਤੇ ਸਵਾਰ ਹੋ ਕੇ ਉਹ ਆ ਜਾਂਦੇ ਸੀ। ਇਸੇ ਤਰ੍ਹਾਂ ਅਸੀਂ ਰਾਮਾਇਣ ਕਾਲ ਦੇ ਵਿੱਚ, ਤ੍ਰੇਤਾ ਦੇ ਵਿੱਚ ਇਹ ਦੇਖਦੇ ਸੁਣਦੇ ਆਏ ਹਾਂ ਕਿ ਹਨੂੰਮਾਨ ਜੀ ਆਕਾਸ਼ ਦੇ ਵਿੱਚ ਉੱਡ ਕੇ ਚਲੇ ਜਾਂਦੇ ਸੀ, ਔਰ ਪਰਬਤ ਵੀ ਚੱਕ ਲਿਆ ਉਹਨਾਂ ਨੇ। ਉਹ ਨਾਦ ਦੇ ਵਿੱਚ, ਧੁਨ ਦੇ ਵਿੱਚ ਸੀ, ਕਿਉਂਕਿ ਹਨੂੰਮਾਨ ਜੀ ਰਾਮ ਚੰਦਰ ਨਾਲੋਂ ਵੱਡੇ ਸੀ, ਹਨੂੰਮਾਨ ਜੀ ਰਾਮ ਚੰਦਰ ਤੋਂ ਪਹਿਲਾਂ ਪੈਦਾ ਹੋਏ ਸੀ, ਔਰ ਉਸ ਵਕਤ ਵੀ ਉਹ ਕਿੱਥੇ ਸੀਗੇ, ਉਹਨਾਂ ਦੀ ਅਵਸਥਾ ਕੀ ਸੀ, ਉਸ ਵੇਲੇ ਵੀ ਉਹ ਰਾਮ ਨਾਮ ਦਾ ਜਾਪ ਕਰਦੇ ਸੀ, ਉਸ ਧੁਨ ਦੇ ਵਿੱਚ ਸਮਾਏ ਰਹਿੰਦੇ ਸੀ, ਉਸ ਧੁਨ ਦੇ ਵਿੱਚ ਵੀ ਮਸਤ ਹੋਏ ਰਹਿੰਦੇ ਸੀ। ਉਸੇ ਧੁਨ ਨੂੰ ਸਤਨਾਮ ਕਿਹਾ, ਗੁਰੂ ਨਾਨਕ ਦੇਵ ਜੀ ਨੇ ਇੱਕ ਓਂਕਾਰ ਸਤਨਾਮ, ਉਸ ਨੂੰ ਸਤਨਾਮ ਕਿਹਾ, ਉਸੇ ਨੂੰ ਰਾਮ ਨਾਮ ਕਿਹਾ, ਉਸੇ ਨੂੰ ਸ਼ਬਦ ਕਿਹਾ। ਸੋ ਮੇਰੇ ਪਿਆਰੇ ਸਾਥੀਓ, ਮੇਰੇ ਅਧਿਆਤਮਿਕ ਪਰਿਵਾਰ ਦੇ ਮੈਂਬਰੋ, ਇਹ ਗੱਲਾਂ ਜਿਹੜੀਆਂ ਨਾ ਇਹ ਸੁਣਨ 'ਚ ਅਤੇ ਕਹਿਣ ਦੇ ਵਿੱਚ ਤਾਂ ਮੈਂ ਦੇਖੋ 16 ਮਿੰਟਾਂ ਦੇ ਵਿੱਚ ਇਸ ਨੂੰ ਬਹੁਤ ਚੰਗੀ ਤਰ੍ਹਾਂ ਵਰਣਨ ਕਰਤਾ, ਲੇਕਿਨ ਇਸ ਅਵਸਥਾ ਤੱਕ ਪਹੁੰਚਣ ਵਾਸਤੇ ਇਹ ਜ਼ਰੂਰੀ ਨਹੀਂ ਕਿ ਅਸੀਂ 16 ਸਾਲਾਂ 'ਚ ਪਹੁੰਚ ਜਾਵਾਂਗੇ, ਹੋ ਸਕਦਾ ਵੀ ਸਾਨੂੰ ਇੱਕ ਤੋਂ ਜ਼ਿਆਦਾ ਜਨਮ ਲੈਣੇ ਪੈਣ, ਕਿਉਂਕਿ ਇਹ ਜੋ ਹੈ ਜਨਮ ਦਰ ਜਨਮ ਦੀ ਜਿਹੜੀ ਥਿਊਰੀ ਹੈ ਨਾ, ਇਹ ਇੱਥੇ ਵੀ ਲਾਗੂ ਹੁੰਦੀ ਹੈ ਕਿ ਪਿਛਲੇ ਜਨਮ ਦੀ ਕੀਤੀ ਹੋਈ ਤਪੱਸਿਆ ਇਸ ਜਨਮ 'ਚ ਆ ਗਈ, ਅੱਗੇ ਵਧੀ ਇਸ ਜਨਮ ਦੀ ਅੱਗੇ ਜਾਊਗੀ। ਇਸ ਸਬਜੈਕਟ ਨੂੰ ਫਿਰ ਕਿਸੇ ਹੋਰ ਆਡੀਓ ਦੇ ਵਿੱਚ ਮੈਂ ਆਪ ਜੀ ਦੇ ਨਾਲ ਸਾਂਝਾ ਕਰੂੰਗਾ ਕਿ ਅਸੀਂ ਖਾਲੀ ਹੱਥ ਨਹੀਂ ਆਉਂਦੇ ਅਤੇ ਨਾ ਹੀ ਅਸੀਂ ਖਾਲੀ ਆਉਂਦੇ ਹਾਂ ਅਤੇ ਨਾ ਹੀ ਅਸੀਂ ਖਾਲੀ ਜਾਂਦੇ ਹਾਂ। ਸਾਡੇ ਨਾਲ ਸਾਡੇ ਪਿਛਲੇ ਜਨਮ ਦੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਆਉਂਦਾ, ਤਪੱਸਿਆ ਵੀ ਆਉਂਦੀ ਹੈ, ਚੰਗੇ ਮਾੜੇ ਕਰਮਾਂ ਦਾ ਫਲ ਵੀ ਆਉਂਦਾ। ਇਹ ਕਰਮ ਫਲ ਸਜ਼ਾ ਕਿਹਨੂੰ ਮਿਲਦੀ ਹੈ? ਆਤਮਾ ਨੂੰ ਮਿਲਦੀ ਹੈ, ਮਨ ਨੂੰ ਮਿਲਦੀ ਹੈ, ਸਰੀਰ ਨੂੰ ਮਿਲਦੀ ਹੈ? ਇਸ ਸਬਜੈਕਟ ਦੇ ਉੱਤੇ ਮੈਂ ਫਿਰ ਆਪ ਜੀ ਦੇ ਨਾਲ ਕਿਸੇ ਵਕਤ ਇਹ ਵਿਚਾਰ ਸਾਂਝੇ ਕਰੂੰਗਾ। ਧੰਨਵਾਦ, ਦਾਤਾ ਭਲਾ ਕਰੇ।